ਨਾਲ ਅਨਾਰਾਂ ਦਾ ਜੂਸ ਹੈ ਜੀ ਸਾਡੇ ਭਾਈ ਫਖਰ ਸਾਹਿਬ ਬਣਾ ਕੇ ਲਿਆਏ ਨੇ ਤਾਜ਼ਾ ਤਾਜ਼ਾ ਬਿਲਕੁਲ ਮੌਸਮ ਬਹੁਤ ਜ਼ਬਰਦਸਤ ਗਲਾਸ ਬਣਾਇਆ ਤੁਸੀਂ ਮੇਰੇ ਵਾਸਤੇ ਅੱਛਾ ਤੇ ਇੱਥੇ ਆ ਕੇ ਫਿਰ ਕੋਈ ਮੁਸ਼ਕਲ ਤਾਂ ਹੋਈ ਹੋਣੀ ਸ਼ੁਰੂ ਦੇ ਵਿੱਚ ਦੇਖੋ ਜੀ ਹਾਂਜੀ ਕੁਛ ਮੁਸ਼ਕਲਾਂ ਆਈਆਂ ਸਨ ਜੀ ਜੀ ਮੁਬਾਰਕ ਸਾਹਿਬ ਜੀ ਜੀ ਸਾਨੂੰ ਕੰਮ ਦੀ ਇਜਾਜ਼ਤ ਨਹੀਂ ਸੀ ਔਰ ਸਾਨੂੰ ਇਹ ਸੀ ਕਿ ਅਸੀਂ ਆਪਣੀ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਤੁਸੀਂ ਜਾ ਸਕਦੇ ਬਗੈਰ ਇਜਾਜ਼ਤ ਤੋਂ ਹਾਂਜੀ ਤੇ ਬਾਕੀ ਅਲਹਮਦੁਲਿਲਾ ਅਲਗਮਾਈਨ ਤੇ ਬੜਾ ਅੱਛਾ ਟਾਈਮ ਗੁਜ਼ਰਿਆ ਜੀ ਉਹ ਸਾਨੂੰ ਭੁੱਲਦਾ ਨਹੀਂ ਜੀ ਜੀ ਜਰਮਨੀ ਦੇ ਬੜੇ ਅੱਛੇ ਹਾਲਾਤ ਸਨ ਜਿਸ ਟਾਈਮ ਅਸੀਂ ਇੱਥੇ ਆਏ ਸੀ ਜੀ ਜੀ ਹਾਂਜੀ ਸੁਨਹਿਰਾ ਦੌਰ ਸੀ ਔਰ ਮੁਸ਼ਕਲਾਂ ਥੋੜ੍ਹੀਆਂ ਸਨ ਅਸਾਇਸ਼ਾਂ ਜ਼ਿਆਦਾ ਸਨ ਅੱਛਾ ਤੇ ਇੱਥੇ ਆ ਕੇ ਜੋਬ ਸ਼ੋਬ ਇਜ਼ੀ ਤੁਹਾਨੂੰ ਮਿਲ ਗਈ ਕਿਉਂਕਿ ਮੈਨੂੰ ਤਾਂ ਮਿਲ ਗਈ ਸੀ ਆਰਾਮ ਨਾਲ ਹੀ ਕੋਈ ਐਡਾ ਮਸਲਾ ਨਹੀਂ ਸੀ ਬਣਿਆ ਹਾਂਜੀ ਜੋਬ ਮਿਲ ਗਈ ਸੀ ਹਾਂਜੀ ਈਜ਼ੀ ਮਿਲ ਜਾਂਦੀ ਸੀ ਅਗਰ ਤੁਸੀਂ ਕੋਸ਼ਿਸ਼ ਕਰਦੇ ਸੀ ਤਾਂ ਜੋਬ ਤਾਂ ਹੁਣ ਵੀ ਮਿਲ ਜਾਂਦੀ ਉਦੋਂ ਵੀ ਮਿਲ ਜਾਂਦੀ ਸੀ ਜੀ ਜੀ ਲੇਕਿਨ ਉਦੋਂ ਜ਼ਿਆਦਾਤਰ ਲੋਕਾਂ ਨੂੰ ਜਿਹੜੀ ਇਹ ਰੁਜ਼ਗਾਰ ਜਿਹੜਾ ਸੀ ਆਸਾਨੀ ਨਾਲ ਮਿਲ ਜਾਂਦਾ ਸੀ ਠੀਕ ਚੰਦ ਇਲਾਕੇ ਸਨ ਜਿੱਥੇ ਮਤਲਬ ਰੁਜ਼ਗਾਰ ਨਹੀਂ ਸੀ ਉੱਥੇ ਜਰਮਨ ਲੋਕਾਂ ਨੂੰ ਵੀ ਜਿਹੜੇ ਮੁਕਾਮੀ ਲੋਕ ਨੇ ਉਹਨਾਂ ਨੂੰ ਵੀ ਨਹੀਂ ਸੀ ਮਿਲਦਾ ਬਿਲਕੁਲ ਅਤੇ ਜਿਹੜੇ ਅਸੀਂ ਫੋਰਨਰ ਗੈਰ ਮੁਲਕੀ ਜਿਹੜੇ ਉਹਨਾਂ ਨੂੰ ਫਿਰ ਜ਼ਾਹਿਰ ਹੈ ਉਹ ਮੁਸ਼ਕਿਲ ਸੀ ਅਦਰਵਾਈਜ਼ ਮੇਰਾ ਮੈਨੂੰ ਮੈਂ ਜਦੋਂ ਆਇਆ ਸੀ ਪਹਿਲਾਂ ਤਾਂ ਮੈਨੂੰ ਸਕੂਲ ਦਾਖਲ ਕਰਵਾ ਦਿੱਤਾ ਇਹਨਾਂ ਨੇ ਅੱਛਾ ਅਤੇ ਸਕੂਲ ਵਿੱਚ ਫਿਰ ਪੜ੍ਹਦਾ ਰਿਹਾ ਜੀ ਜੀ ਫਿਰ ਸਕੂਲ ਦੇ ਵਿੱਚ ਬਾਸਕਿਟਬਾਲ ਦੀ ਟੀਮ ਦੇ ਵਿੱਚ ਉਹ ਮੈਂ ਪਾਕਿਸਤਾਨ ਰਫਾ ਦੀ ਟੀਮ ਦੇ ਵਿੱਚ ਸੀ ਆਪਣੀ ਨੈਸ਼ਨਲ ਟੀਮ ਰਫਾ ਦੀ ਉਹਦੇ 'ਚ ਮੈਂ ਕਾਫੀ ਖੇਡਦਾ ਰਿਹਾ ਉਹ ਸਕੂਲ ਦੇ ਵਿੱਚ ਉਹ ਗੇਮ ਹੁੰਦੀ ਸੀ ਅਤੇ ਮੈਂ ਬਾਹਰ ਖੜਾ ਹੋ ਕੇ ਦੇਖਦਾ ਸੀ ਅਤੇ ਉਹ ਬੱਚੇ ਲੜਕੇ ਜਿਹੜੀ ਮੇਰੀ ਉਮਰ ਦੇ ਸੀ ਉਹ ਖੇਡਦੇ ਸੀ ਅਤੇ ਮੈਨੂੰ ਆਸਾ ਆਉਂਦਾ ਸੀ ਮੈਂ ਕਹਿੰਦਾ ਸੀ ਕਿ ਅਸੀਂ ਇੰਨੀ ਅੱਛੀ ਸਿੱਖੀ ਹੋਈ ਹੈ ਅਤੇ ਕੀ ਮਤਲਬ ਕਿ ਹੁਣ ਦਿਲ ਕਰ ਰਿਹਾ ਸੀ ਕਿ ਇਹਨਾਂ ਨੂੰ ਬੰਦਾ ਜਾ ਕੇ ਇਹਨਾਂ ਦੀ ਥੋੜ੍ਹੀ ਸਾਰੀ ਕੋਚਿੰਗ ਕਰੇ ਇਹਨਾਂ ਨੂੰ ਸਿਖਾਏ ਅਤੇ ਕਿਉਂਕਿ ਅਜ਼ਹਰ ਭਾਈ ਸਾਡੇ ਉਹ ਜਿਹੜੇ ਕੋਚ ਹੈਗੇ ਸਨ ਤੁਹਾਨੂੰ ਪਤਾ ਅਲਹਮਦੁਲਿਲਾ ਉਹਨਾਂ ਨੇ ਬੜੀ ਮਿਹਨਤ ਕੀਤੀ ਸਾਡੇ 'ਤੇ ਅਤੇ ਉਹ ਮੈਂ ਬਾਹਰ ਖੜਾ ਸੀ ਅਤੇ ਉਹ ਸਾਡਾ ਜਿਹੜਾ ਗੇਮ ਵਾਲਾ ਉਸਤਾਦ ਸੀ ਨਾ ਉਹ ਮੇਰੇ ਕੋਲ ਆਇਆ ਕਹਿੰਦਾ ਕਿ ਅਮਨ ਤੂੰ ਨਹੀਂ ਖੇਡਦਾ ਠੀਕ ਹੈ ਮੈਂ ਕਿਹਾ ਬੱਚੇ ਨੇ ਮੈਚ ਹੀ ਖੇਡਣ ਅਤੇ ਉਹਨੇ ਕਿਹਾ ਨਹੀਂ ਨਹੀਂ ਕੁਛ ਨਹੀਂ ਹੁੰਦਾ ਤੂੰ ਆ ਜਾ ਅਤੇ ਉਹ ਫਿਰ ਮੈਂ ਜਦੋਂ ਖੇਡਿਆ ਅਤੇ ਮੈਂ ਜਦੋਂ ਉਹਨੇ ਮੇਰੀ ਗੇਮ ਦੇਖੀ ਨਾ ਉਹਨੇ ਕਿਹਾ ਸਟੋਪ ਉਹਨੂੰ ਖੜਾ ਸਾਰਿਆਂ ਨੂੰ ਖੜਾ ਕਰਕੇ ਕਹਿੰਦਾ ਕਿ ਮੈਂ ਅੱਜ ਪਹਿਲੀ ਗੇਮ ਦਾ ਜਦ ਮੈਨੂੰ ਲੁਤਫ ਆਇਆ ਮਜ਼ਾ ਆਇਆ ਨਾ ਇਹ ਲੜਕੇ ਨੂੰ ਦੇਖ ਕੇ ਆਇਆ ਅਤੇ ਫਿਰ ਉਹਨੇ ਪੁੱਛਿਆ ਕਿ ਤੂੰ ਕਿੱਥੇ ਸਿੱਖਿਆ ਫਿਰ ਮੈਂ ਉਹਨੂੰ ਪੂਰੀ ਆਪਣਾ ਦੱਸਿਆ ਰਵਾ ਤੋਂ ਅਸੀਂ ਯਾਨੀ ਕਿ ਖੇਡਦੇ ਹੁੰਦੇ ਸੀ ਬੜਾ ਮਜ਼ਾ ਆਉਂਦਾ ਸੀ ਫਿਰ ਸਾਨੂੰ ਫ੍ਰੀ ਦੇ ਵਿੱਚ ਦੁੱਧ ਵੀ ਮਿਲਦਾ ਹੁੰਦਾ ਸੀ ਜਮਾਤ ਦੀ ਤਰਫੋਂ ਮੀਰੂ ਦੇ ਉਹ ਢਾਬੇ ਦੇ ਹਾਂਜੀ ਬੜਾ ਮਜ਼ਾ ਆਉਂਦਾ ਸੀ ਔਰ ਅਸੀਂ ਗੇਮ ਤੋਂ ਬਾਅਦ ਉੱਥੇ ਜਾ ਕੇ ਜਿਹਨੇ ਦਹੀਂ ਖਾਣੀ ਦਹੀਂ ਖਾ ਲਏ ਜਿਹਨੇ ਦੁੱਧ ਪੀਣਾ ਦੁੱਧ ਪੀ ਲਏ ਅੱਲਾ ਅੱਲਾ ਤੇ ਕਹਿ ਸਕਦੇ ਮਲਾਈ ਪਾ ਕੇ ਦਿੰਦਾ ਹਾਂਜੀ ਤੇ ਬੜਾ ਜ਼ਬਰਦਸਤ ਟਾਈਮ ਬੜਾ ਜ਼ਬਰਦਸਤ ਟਾਈਮ ਜੀ ਜੀ ਬੜਾ ਮਜ਼ਾ ਆਇਆ ਤੇ ਫਿਰ ਸ਼ਾਦੀ ਇੱਥੇ ਕੀਤੀ ਤੁਸੀਂ ਜੀ ਜੀ ਸ਼ਾਦੀ ਮੈਂ ਇੱਥੇ ਕੀਤੀ ਹਾਂਜੀ ਜਰਮਨ ਨਾਲ ਹਾਂਜੀ ਅਲਹਮਦੁਲਿਲਾ ਤੇ ਠੀਕ ਗਈ ਜੀ ਜੀ ਅਲਹਮਦੁਲਿਲਾ ਤੇ ਵਾਈਫ ਅਹਿਮਦੀ ਹੋ ਗਈ ਤੁਹਾਡੀ ਮਾਸ਼ਾਅੱਲਾ ਮੁਸਲਮਾਨ ਹਾਂਜੀ ਅਹਿਮਦੀ ਮੁਸਲਮਾਨ ਉਹ ਕਿੰਨੀ ਦੇਰ ਬਾਅਦ ਹੋ ਗਏ ਤਕਰੀਬਨ 2 ਸਾਲ ਬਾਅਦ ਹੋ ਗਏ ਸਰ ਅੱਛਾ ਉਹਦੇ ਬਾਅਦ ਜਮਾਤ ਦੇ ਨਾਲ ਹੁਣ ਰਾਬਤਾ ਹੈ ਜੀ ਜੀ ਬਿਲਕੁਲ ਜ਼ਬਰਦਸਤ ਅੱਛਾ ਰਾਬਤਾ ਹੈ ਸ਼ੁਰੂ ਤੋਂ ਓਫਨਬਾਗ ਦੇ ਏਰੀਆ 'ਚ ਹੀ ਰਹੇ ਫਰੈਂਡ ਨਹੀਂ ਮੈਂ ਜੀ ਸ਼ੁਰੂ ਦੇ ਵਿੱਚ ਅਸੀਂ ਰਹੇ ਕਾਸਲ ਦੇ ਇਲਾਕੇ 'ਚ ਬਾਅਦ ਹੈਡਸਫੀਲਡ ਅੱਛਾ ਉਹ ਪਹਿਲੇ ਆਉਂਦਾ ਕਾਸਲ ਤੋਂ ਇੱਧਰੋਂ ਜਾਈਏ ਜੀ ਜੀ ਬਿਲਕੁਲ ਠੀਕ ਅੱਛਾ ਫਿਰ ਬਾਅਦ 'ਚ ਇੱਥੇ ਸ਼ਿਫਟ ਹੋ ਗਏ ਹਾਂਜੀ ਹਾਂਜੀ ਉੱਥੇ ਕਿੰਨੀ ਦੇਰ ਰਹੇ ਉੱਥੇ ਮੈਂ ਤਕਰੀਬਨ 9 ਸਾਲ ਰਿਹਾ ਠੀਕ ਠੀਕ ਲੇਕਿਨ ਜਰਮਨੀ ਮੁਲਕ ਜ਼ਬਰਦਸਤ ਹੈ ਜ਼ਿੰਦਗੀ ਅੱਛੀ ਗੁਜ਼ਰੀ ਇੱਥੇ ਵੈਸੇ ਮੈਂ ਕਹਿੰਦਾ ਜੀ ਜਰਮਨੀ ਵਗੈਰਾ ਮੁਲਕ ਸ਼ਾਇਦ ਦੁਨੀਆ 'ਚ ਕੋਈ ਵੀ ਨਹੀਂ ਹੋਏਗਾ ਮੁਲਕ ਤਾਂ ਸਾਰੇ ਅੱਛੇ ਹੁੰਦੇ ਨੇ ਸਿਸਟਮ ਜਿਹੜਾ ਸਿਸਟਮ ਖਰਾਬ ਕਰਦਾ ਉਹਨਾਂ ਮੁਲਕਾਂ ਨੂੰ ਮੁਲਕ ਤਾਂ ਸਾਡਾ ਪਾਕਿਸਤਾਨ ਉਸ ਤੋਂ ਅੱਛਾ ਮੁਲਕ ਕਿਹੜਾ ਦੁਨੀਆ 'ਚ ਬਿਲਕੁਲ ਇਹ ਤਾਂ ਘੱਟ ਹੀ ਇੰਗਲੈਂਡ ਵੀ ਬਹੁਤ ਖੂਬਸੂਰਤ ਹੈ ਜਰਮਨੀ ਵੀ ਖੂਬਸੂਰਤ ਹੈ ਸਾਰੀ ਦੁਨੀਆ ਖੂਬਸੂਰਤ ਹੈ ਜੀ ਲੇਕਿਨ ਅਸੀਂ ਜਰਮਨੀ ਦੇ ਵਿੱਚ ਰਹਿੰਦੇ ਹਾਂ ਸਾਨੂੰ ਜਰਮਨੀ ਨਾਲ ਪਿਆਰ ਹੈ ਨਾਲੇ ਜਿੱਥੇ ਕੋਈ ਸੈੱਟ ਹੈ ਉਹਦੇ ਲਈ ਉਹੀ ਜ਼ਰੂਰ ਉਹਦੇ ਵਾਸਤੇ ਹਾਂਜੀ ਹੁਣ ਮੈਂ ਕੈਨੇਡਾ ਅਮਰੀਕਾ ਰਹਿ ਕੇ ਆਇਆ ਮੇਰਾ ਦਿਲ ਨਹੀਂ ਸੀ ਲੱਗਦਾ ਜੀ ਮੈਂ ਫਿਰ ਵਾਪਸ ਆ ਗਿਆ ਠੀਕ ਹੈ ਅਤੇ ਮੈਨੂੰ ਵੀ ਜਰਮਨੀ ਠੀਕ ਲੱਗਾ ਮਾਸ਼ਾ ਅੱਲਾ ਕਿਉਂਕਿ ਥੋੜ੍ਹਾ ਜਿਹਾ ਇਹਨਾਂ ਦਾ ਜੀ ਜੀ ਮੈਡੀਕਲ ਸਿਸਟਮ ਅੱਛਾ ਹੈ ਵੈਸੇ ਵੀ ਅਖਲਾਕੀ ਤੌਰ ਤੇ ਬੜਾ ਬਹੁਤ ਅੱਛੀ ਅੱਛੇ ਨੇ ਅਖਲਾਕੀ ਤੌਰ ਤੇ ਮੈਡੀਕਲ ਸਿਸਟਮ ਸੋਸ਼ਲ ਸਿਸਟਮ ਦੇਖੋ ਜੀ ਸਾਰੇ ਸਿਸਟਮ ਅੱਛੇ ਨੇ ਔਰ ਸੇਫ ਆਪਣੇ ਆਪ ਨੂੰ ਇੱਥੇ ਸਮਝਦੇ ਜੀ ਬਿਲਕੁਲ ਸੇਫ ਪੁਲਿਸ ਸਟੇਟ ਹੈ ਹਾਂ ਬਿਲਕੁਲ ਔਰ
लेकिन इत जर्मन छोटा पुलिस वाला ना उन्हे जो लिख दिता ना उन्हें वड्डे ने आके गलत नहीं करना, उन्हें कहना तेरी रिपोर्ट आ गई काफी है, तू अगर हाँ अगर तू इन खिलाफ जाना चाहना वो अदालत पे ही है, तू अदालत चला जा। लेकिन मेरे जो अमित कुलीगे ने जान है हालात ने पाकिस्तान एक वड्डा बंदा तुहानू चाहिदा जिहड़ा जाके तुहाडे एफ आई आर दर्ज कराए, जे कोई गरीब आदमी चल जाए तो करवा नहीं सकदा, इंज ही है ना। वो लोग एफ आई आर दे लई भी रिश्वत देंदे ने। अगले दिन मैं लतीफा सुनाया, एक मुंडा कहिंदा साडे पिंड च लड़ाई हो गई, ते कहिंदा दोवें पुलिस स्टेशन गए ते पुलिस वाले ने दोवां को 15,000 रुपया लैके कहा तीन दिन ने अगर तुसीं सुलह कर ली तो ठीक है, नहीं तो तुहाडे ते एफ आई आर दर्ज होएगी। मैं उन्हां नूं कहा कि इहो जिहा मुल्क कित्थे लभणा तुहानूं, लड़े तुसीं सिर एक दूजे दे पाड़े, 15,000 पुलिस ने लिया ते तीन दिन का तुहानूं टाइम दे दिता। पूरी दुनिया चीज नहीं मिलती, खाना पीना और आपस भाईचारा जेड़ा मेहनत की खाना भी चाहिए ना। अच्छा चीनी नहीं है मैं चीनी तो बगैर ही मैं एक जगह ते गया ते इत्थे एक बुजुर्ग सी एक दुकान दा इफ्तिताह सी ना मठियाई पेश की थी ते किलो क मठियाई खा ली उन्होंने हाँ जी अच्छा जी मठियाई खाई आन ना अच्छा एंड ते जो चाय देती ते कहते ओह मेरी चाय च चीनी नहीं सी पानी ना ते मैं उन्होंने कहा तुसी अगर दो लड्डू घट खा लेने सी तुसी बिल्कुल शुक्रिया जी बहुत बहुत बस दोस्त होंगे ना वो बस मिठा जिन्ना मर्जी खा लो क्या पीती पीने बाजी वाह जबरदस्त क्या बात इफ्तिखार साहब खुश रहते ने खान पीन दे विच बाल जी माशाल्लाह जी ग्रेल ले चलदी रहंदी है बिल्कुल जी इन्हां दा दस्तरखान अल्लाह ताला होर वसी करे जी बरकतां अता करे इन्हां नूं अगले दिन भी कोई दोस्त आए थे असीं दावत सी ते हां जी हां जी मैं क्या वीडियो बना के भेजो कोई काफ़ी लोगों ने पसंद की थी है ठीक माशाल्लाह जी तुम देखो इन्नी कोशिश करते हो अल्लाह ताला तुम भी जजा दे इस चीज़ इन दूरों आते हो हाँ जी जर्मनी रेंदे हो फिर इंग्लैंड चले जाते हो फिर तुम फिरते रहते हो जी हाँ पाकिस्तान भी लाते हो चक्कर नहीं चार साल हो गए अच्छा अच्छा माशाल्लाह पाकिस्तान जरा मुश्किल हो जाता रहना बड़ा हूँ एक तो दोस्त वगैरह सारे इतने यूरोप दे वेच उते कोई साडा वाकफ ही नहीं मिलता हां जी ऐ चीज दी कमी है क्योंकि पुराने सारे तो यूरोप पर सारे निकल गए माइग्रेट करके सारे हां जी वो जेडे नवे ने उनां नूं पता ही नहीं एवें असीं भी उत्थे टुर के आ जाईदा हां जी उत्थे भी सानूं बोरियत महसूस हुंदी हां बिल्कुल या वो वड्डे वड्डे ओ सडे जदों असीं रवां हुंदे सी ते ओ मेरा ख्याल खुदाम इंसान हुंदे हुण ओ बुजुर्ग हो गए ने ओ एक दो मिलदे ने बिल्कुल इस तरह जी जी इंशाल्लाह जी दोबारा आन गया रौनक दोबारा माहौल बनेगा लेकिन वो माहौल जरा सी ना वो नहीं जी आना और जब से वो खिदमत मुबारक साहब आएगा
ਹਲੇ ਕਿ ਟਾਈਮ ਲੱਗੇ ਪਰ ਸਾਡੇ ਦੌਰ 'ਚ ਤਾਂ ਨਹੀਂ ਆਉਣਾ ਜਿਹੜਾ ਸਾਡਾ। ਅੱਛਾ ਹੁਣ ਤੁਸੀਂ ਇਹ ਦੱਸੋ ਆਪਣੇ ਅਬੀਰ ਸਾਹਿਬ ਬੜੀ ਦੇਰ ਬਾਅਦ ਤੁਹਾਡੇ ਨਾਲ ਯਾਨੀ ਕਿ ਇਸ ਮੌਜੂ 'ਤੇ ਗੱਲ ਹੋਈ ਹੈ ਕਿ ਇਹ ਜਿਹੜੀ ਹੁਣ ਜੰਗ ਹੋ ਰਹੀ ਹੈ ਇੰਡੀਆ ਅਤੇ ਚੀਨਾ ਦੀ, ਇਹ ਕੋਈ ਇਹ ਤਾਂ ਸੁਣਿਆ ਕਿ ਪਾਕਿਸਤਾਨ ਨੂੰ ਹੀ ਲੈ ਦੇ ਜਾਏਗੀ, ਵਿੱਚ ਸ਼ਾਮਿਲ ਤਾਂ ਹੋਏਗਾ ਪਾਕਿਸਤਾਨ ਹੀ ਕੁਛ। ਇਹਦੇ ਨਾਲ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਕਿ ਕਸ਼ਮੀਰ 'ਤੇ ਕੋਈ ਉਹਨਾਂ 'ਤੇ ਵੀ ਕੋਈ ਫਰਕ ਪਏਗਾ ਕਿ ਉਹ ਵਿਚਾਰਾ ਉਂਝ ਹੀ ਘਸੀਟਿਆ ਰਹੇਗਾ? ਦੇਖੋ ਜੀ, ਜੰਗ ਅਗਰ ਹੋਈ ਤਾਂ ਸਰਦਾਰ ਸਾਹਿਬ ਖਤਰਨਾਕ ਹੋਈ, ਦੁਆ ਕਰੋ ਕਿ ਜੰਗ ਨਾ ਹੋਏ ਔਰ ਅੱਲਾਹ ਤਾਲਾ ਇਹਨਾਂ ਦੋਨਾਂ ਮੁਲਕਾਂ ਨੂੰ ਅਕਲ ਔਰ ਸਮਝ ਅਤਾ ਕਰੇ, ਮਤਲਬ ਇਹਨਾਂ ਨੂੰ ਮਿਲੇ ਇਹਨਾਂ ਦੇ ਸਿਆਸਤਦਾਨਾਂ। ਖਾਸ ਤੌਰ 'ਤੇ ਅਗਰ ਹਿੰਦੁਸਤਾਨ ਇਹ ਬੇਵਕੂਫੀ ਕਰੇਗਾ ਤਾਂ ਦੇਖੋ ਪਾਕਿਸਤਾਨ 'ਤੇ ਨਹੀਂ ਲੜਨਾ ਚਾਹੁੰਦਾ, ਪਾਕਿਸਤਾਨ ਬਿਲਕੁਲ ਨਹੀਂ ਲੜਨਾ ਚਾਹੁੰਦਾ, ਲੇਕਿਨ ਅਗਰ ਉਹਨਾਂ ਨੇ ਜੰਗ ਮੁਸਲਤ ਕੀਤੀ ਤਾਂ ਫਿਰ ਪਾਕਿਸਤਾਨ ਉਹਦਾ ਬੜਾ ਭਰਪੂਰ ਜਵਾਬ ਦੇਗਾ ਔਰ ਉਹਨੂੰ ਕਮਜ਼ੋਰ ਨਾ ਸਮਝਿਆ ਜਾਏ। ਲੇਕਿਨ ਦੋਨੋਂ ਤਰਫ ਹੀ ਦੇਖੋ ਸਾਡਾ ਕਲਚਰ ਹੈ, ਸਾਡੇ ਲੋਕ ਨੇ, ਉੱਧਰ ਵੀ ਸਾਡੇ ਮੁਸਲਮਾਨ ਭਾਈ ਨੇ, ਇੱਧਰ ਵੀ ਸਾਰੇ ਇਨਸਾਨ ਨੇ, ਬਿਲਕੁਲ ਇਨਸਾਨੀਅਤ ਇਨਸਾਨ ਨੇ ਪਹਿਲੇ, ਬਿਲਕੁਲ ਬਿਲਕੁਲ। ਲੇਕਿਨ ਇਹ ਕਿ ਉਹ ਅਗਰ ਹੋਏਗੀ ਜੰਗ ਤਾਂ ਦੇਖੋ ਦੋਨੋਂ ਤਰਫ ਨੁਕਸਾਨ ਹੋਏਗਾ। ਠੀਕ ਕਿਹਾ ਤੁਸੀਂ, ਬਿਲਕੁਲ। ਅਤੇ ਦੁਆ ਕਰੋ ਜੰਗ ਨਾ ਹੋਏ, ਚਾਈਨਾ ਹੈ ਜਾਂ ਇੰਡੀਆ ਹੈ ਜਾਂ ਪਾਕਿਸਤਾਨ ਹੈ, ਕਸ਼ਮੀਰ ਦਾ ਤਬਾਹ ਹੋ ਜਾਏਗਾ। ਗੱਲ ਹੈ ਜੀ, ਹਾਂਜੀ, ਕਸ਼ਮੀਰ ਹਬੀਬ ਸਾਹਿਬ, ਕਸ਼ਮੀਰ ਜਿਹੜਾ ਨਾ ਜੀ ਜੀ ਤਰਾਗੜੀ ਹੋ ਜਾਓ, ਮੈਂ ਠੀਕ ਹਾਂ, ਸਹੀ ਨਹੀਂ ਤੁਸੀਂ ਪੁੱਛੇ ਹੋਗੇ ਜੀ ਨਾ, ਬਹੁਤ ਠੀਕ ਠੀਕ, ਹਾਂਜੀ। ਅੱਛਾ, ਮੈਂ ਕਿਹਾ ਕਸ਼ਮੀਰ ਦਾ ਜਿਹੜਾ ਇਸ਼ੂ ਹੈ ਨਾ ਜੀ ਜੀ, ਬੜਾ ਜ਼ੁਲਮ ਉੱਥੇ ਹੋ ਰਿਹਾ, ਹਾਂਜੀ, ਪੂਰੀ ਦੁਨੀਆ ਖਾਮੋਸ਼ 'ਚ, ਬਿਲਕੁਲ। ਹਿੰਦੁਸਤਾਨ 'ਚ ਮੁਸਲਮਾਨਾਂ 'ਤੇ ਬੜਾ ਜ਼ੁਲਮ ਹੋ ਰਿਹਾ ਜੀ ਜੀ ਜੀ, ਔਰਤਾਂ ਨੂੰ ਮਾਰਦੇ ਨੇ, ਕੁੱਟਦੇ ਨੇ, ਬੱਚੀਆਂ ਚੁੱਕ ਕੇ ਲੈ ਜਾਂਦੇ ਨੇ ਮੁਸਲਮਾਨਾਂ ਦੀਆਂ, ਬਹੁਤ ਜ਼ੁਲਮ ਕੀਤਾ ਜਾ ਰਿਹਾ, ਪੂਰੀ ਦੁਨੀਆ ਖਾਮੋਸ਼। ਜਿੱਥੇ ਤੱਕ ਤੁਸੀਂ ਪਾਕਿਸਤਾਨ ਦੀ ਗੱਲ ਕਰਦੇ ਜੇ ਨਾ, ਪਾਕਿਸਤਾਨ ਜਾਂ ਇੰਡੀਆ ਦੋਨੋਂ ਹੀ ਲੜਾਈ ਦੀ ਪੋਜੀਸ਼ਨ 'ਚ ਨਹੀਂ ਹੈ, ਬਿਲਕੁਲ ਸਹੀ ਗੱਲ। ਪਾਕਿਸਤਾਨ ਨਾਲੋਂ ਜ਼ਿਆਦਾ ਗੁਰਬਤ ਜੀ ਇੰਡੀਆ ਦੇ ਵਿੱਚ, ਕੀ ਸਮਝਿਆ ਜੀ? ਬਿਲਕੁਲ ਸਹੀ ਕਹਿ ਰਹੇ। ਇਹ ਕਰੋਨਾ ਵਾਇਰਸ ਆਇਆ, ਪਾਕਿਸਤਾਨ ਨੇ ਤਾਂ ਲੋਕਾਂ ਨੂੰ ਸੰਭਾਲ ਲਿਆ ਕਿਸੇ ਤਰ੍ਹਾਂ, ਇੰਡੀਆ 'ਚ ਲੋਕ ਖੁਦਕੁਸ਼ੀ ਕਰ ਰਹੇ ਨੇ, ਮਜ਼ਦੂਰ ਜਿਹੜੇ ਨੇ ਵਿਚਾਰੇ, ਉਹਨਾਂ ਦੀ ਜ਼ਿੰਦਗੀ ਕੋਈ ਨਹੀਂ, ਕਿਉਂਕਿ ਸਾਡੀ ਤਾਂ ਹਰ ਜਗ੍ਹਾ 'ਤੇ ਨਜ਼ਰ ਹੁੰਦੀ ਹੈ ਨਾ। ਔਰ ਇਹਨਾਂ ਨੇ ਜਿੰਨਾ ਪੈਸਾ ਸੀ ਅਸਲੇ 'ਤੇ ਲਾ ਦਿੱਤਾ, ਆਵਾਮ 'ਤੇ ਲਾਇਆ ਹੀ ਨਹੀਂ ਜੀ ਜੀ, ਬਿਲਕੁਲ। ਇਹਨਾਂ ਨੇ ਇਹ ਸੋਚਿਆ ਨਹੀਂ ਕਿ ਆਵਾਮ ਨੂੰ ਵੀ ਰੋਟੀ ਚਾਹੀਦੀ ਹੈ, ਉਹਨਾਂ ਨੂੰ ਨਾਰਿਆਂ 'ਤੇ ਰੱਖਿਆ ਤਾ, ਉਹਨਾਂ ਜੇਕਰ ਤੁਸੀਂ ਸਿੰਧ 'ਚ ਚਲ ਜਾਓ ਉੱਥੇ ਹਾਲੇ ਤੱਕ ਭੱਟੂ ਜ਼ਿੰਦਾ, ਲੋਕ ਮਰਨ ਡੇ ਨੇ, ਕੋਈ ਕੋਈ ਨਾਰਾ ਲਾਇਆ ਤਾ, ਉਹ ਜਾਹਲਾਂ ਨੂੰ ਰੱਖਿਆ ਤਾ ਕਿ ਚਲੋ ਨਾਰੇ ਲਾ ਦਿਓ, ਉਹ ਜੇ ਬੰਦੇ ਕਿਰਾਏ 'ਤੇ 100-200 ਬੰਦਾ ਕਿਰਾਏ 'ਤੇ ਮੰਗਵਾਉਂਦੇ ਨੇ, ਬਾਕੀ ਉਂਝ ਹੀ ਰਲ ਜਾਂਦੇ ਨੇ। ਅੱਜ ਕੱਲ੍ਹ ਇਹ ਵੀ ਬੜਾ ਕਾਰੋਬਾਰ ਜੇ ਪਾਕਿਸਤਾਨ, ਕਿਉਂਕਿ ਮੈਂ ਇਹਦੇ 'ਤੇ ਪੂਰੀ BBC ਨੇ ਇੱਕ ਰਿਪੋਰਟ ਦਿਖਾਈ ਸੀ ਕਿ ਕਿਰਾਏ ਦੇ ਉੱਤੇ ਠੇਕੇਦਾਰ ਨੇ ਉਹਨੂੰ ਫੋਨ ਆਉਂਦਾ ਜੇ, ਹਾਂਜੀ ਇੰਨੇ ਬੰਦੇ ਭੇਜ ਦਿਓ, ਪਾਕਿਸਤਾਨ ਹੀ ਬਸ ਹੁਣ ਨਹੀਂ, ਹੁਣ ਕੋਈ ਹਾਲਾਤ ਇਨਸ਼ਾਅੱਲਾ ਅਗਲੀ 5 ਸਾਲ ਗੁਜ਼ਰ ਜਾਣਗੇ ਅਤੇ ਦੂਜੇ 5 ਸਾਲ ਆਉਣਗੇ ਅਤੇ ਉਸ ਤੋਂ ਬਾਅਦ ਫਿਰ ਪਾਣੀ ਦੇ ਸਾਦਾ ਪਾਣੀ ਦੇ ਇਹ 5 ਸਾਲ ਤਾਂ ਇਮਰਾਨ ਖਾਨ ਨੇ ਕਰੋਨਾ ਵਾਇਰਸ 'ਤੇ ਪਾ ਦਿੱਤੇ ਨਾ, ਸੋ